ਸਾਰਿਆਂ ਦੀ ਵਧੀਆ ਸੀ ਬਟ ਗਿੱਪੀ ਗਰੇਵਾਲ ਮੇਰਾ ਫੇਵਰੇਟ ਹੈ ਤਾਂ ਉਹਦੀ ਬਹੁਤ ਵਧੀਆ ਸੀਗੀ। ਦੋਨੇ ਵਧੀਆ ਨੇ, ਇਹ ਵੀ ਬਹੁਤ ਜ਼ਿਆਦਾ ਵਧੀਆ ਸੀ, ਮਤਲਬ ਬਹੁਤ ਹਾਸੇ ਸੀਗੇ। ਥੈਂਕ ਯੂ। ਫਾਈਵ। ਕਿੱਦਾਂ ਦੀ ਲੱਗੀ ਫਿਲਮ? ਬਹੁਤ ਵਧੀਆ, ਹਾਸੀ ਮਜ਼ੇ, ਹਾਸੀ ਹੋਈ। ਐਕਟਿੰਗ ਸਭ ਤੋਂ ਵਧੀਆ ਕਿਹਦੀ ਲੱਗੀ? ਗਿੱਪੀ ਗਰੇਵਾਲ ਦੀ। ਕੈਰੀਅਰ ਦੇ ਤਾਂ ਪਾਰਟ 1 ਜ਼ਿਆਦਾ ਵਧੀਆ ਸੀ ਕਿ 2 ਜ਼ਿਆਦਾ ਵਧੀਆ? 2 ਜ਼ਿਆਦਾ ਵਧੀਆ। ਕਿੰਨੇ ਸਟਾਰਸ ਦੇਣਾ ਚਾਹੁੰਦੇ 5 ਸਟਾਰਸ? 3 ਤੋਂ 5। ਤੁਹਾਨੂੰ ਕਿੱਦਾਂ ਦੀ ਲੱਗੀ? ਬਹੁਤ ਵਧੀਆ ਸੀ, ਅਤੇ ਸਭ ਤੋਂ ਵਧੀਆ ਐਕਟਿੰਗ ਬਿੰਦੂ ਢਿੱਲੋਂ ਹੀ ਲੱਗੀ, ਅਤੇ ਹਾਸੀ ਬਹੁਤ ਜ਼ਿਆਦਾ। ਕੈਰੀਅਰ ਦੇ ਤਾਂ ਪਾਰਟ 1 ਜ਼ਿਆਦਾ ਵਧੀਆ ਸੀ ਕਿ 2 ਜ਼ਿਆਦਾ ਵਧੀਆ? 2 ਜ਼ਿਆਦਾ ਵਧੀਆ। ਕਿੰਨੇ ਸਟਾਰਸ ਦੇਣਾ ਚਾਹੁੰਦੇ 5 ਸਟਾਰਸ? 4। ਕੈਰੀਅਰ ਦੇ ਤਾਂ ਦੇਖੇ ਕਿੱਦਾਂ ਦੀ ਲੱਗੀ? ਬਹੁਤ ਵਧੀਆ ਜੀ, ਬਹੁਤ। ਕੈਰੀਅਰ ਦੇ ਤਾਂ ਪਾਰਟ 1 ਵਧੀਆ ਸੀ ਕਿ 2 ਜ਼ਿਆਦਾ ਵਧੀਆ ਲੱਗੀ? ਦੋਨੇ ਵਧੀਆ। ਕਿੰਨੀ ਐਕਟਿੰਗ ਸਭ ਤੋਂ ਵਧੀਆ ਲੱਗੀ? ਗਿੱਪੀ ਗਰੇਵਾਲ। 5 ਸਟਾਰਸ ਤੋਂ ਕਿੰਨੇ ਸਟਾਰਸ ਦੇਣਾ ਚਾਹੁੰਦੇ? ਕਿੰਨੇ ਜੋ 5 ਸਟਾਰਸ ਤੋਂ ਕਿੰਨੇ ਸਟਾਰਸ? 5। ਕਿੱਦਾਂ ਦੀ ਲੱਗੀ? ਬਹੁਤ ਵਧੀਆ ਮੂਵੀ ਹੈ। ਕਿੰਨੀ ਐਕਟਿੰਗ? ਸਭ ਤੋਂ ਵਧੀਆ ਜੀ ਭੱਲਾ ਜੀ ਦੀ ਮੂਵ ਐਕਟਿੰਗ ਹੈ, ਬਹੁਤ ਵਧੀਆ। ਹਾਸਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਤਾਂ ਬਹੁਤ ਵਧੀਆ ਜੀ। ਅਤੇ 2 ਤਾਂ ਬਹੁਤ ਵਧੀਆ, ਪਾਰਟ 1 ਵੀ ਬਹੁਤ ਵਧੀਆ ਸੀ, 2 ਤਾਂ ਬਹੁਤ ਜ਼ਿਆਦਾ ਵਧੀਆ। ਥੈਂਕ ਯੂ। 5 ਤੋਂ 5 ਜੀ, 5 ਚੋਂ 10 ਬਹੁਤ ਵਧੀਆ ਲੱਗੀ। ਸਭ ਤੋਂ ਗਿੱਪੀ ਗਰੇਵਾਲ। 2। ਕਿੱਦਾਂ ਦੀ ਲੱਗੀ? ਬਹੁਤ ਵਧੀਆ ਜੀ। ਆਪਣਾ ਵਿਨੋ ਢਿੱਲੋਂ ਦੀ ਸਭ ਤੋਂ ਵਧੀਆ। ਪਾਰਟ 1 ਜ਼ਿਆਦਾ ਵਧੀਆ ਲੱਗੇ? ਪਾਰਟ 2 ਕਿੱਦਾਂ ਦੀ ਲੱਗੀ? ਵਧੀਆ ਲੱਗੀ। ਕਿੰਨੀ ਐਕਟਿੰਗ ਸਭ ਤੋਂ ਵਧੀਆ? ਆ ਗਿੱਪੀ ਗਰੇਵਾਲ ਦੀ। 5 ਸਟਾਰਸ ਤੋਂ ਕਿੰਨੇ ਸਟਾਰਸ ਦੇਣਾ ਚਾਹੁੰਦੇ? 3 4 ਆਪ। ਕਿੱਦਾਂ ਦੀ ਲੱਗੀ ਫਿਲਮ? ਫਿਲਮ ਵਧੀਆ ਸੀ। ਕਿੰਨੀ ਐਕਟਿੰਗ ਸਭ ਤੋਂ ਵਧੀਆ ਲੱਗੀ? ਵਿਨੋ ਢਿੱਲੋਂ। ਪਾਰਟ 1 ਜ਼ਿਆਦਾ ਵਧੀਆ ਲੱਗੇ ਕਿ 2 ਜ਼ਿਆਦਾ ਵਧੀਆ? 2 ਜ਼ਿਆਦਾ ਵਧੀਆ। 5 ਸਟਾਰਸ ਤੋਂ ਕਿੰਨੇ ਸਟਾਰਸ ਦੇਣਾ? ਹਾਂਜੀ, 5 ਸਟਾਰਸ ਤੋਂ ਕਿੰਨੇ ਸਟਾਰਸ? 5 5 ਕਿੱਦਾਂ ਦੀ ਲੱਗੀ? ਬਹੁਤ ਵਧੀਆ ਜੀ, ਔਸਮ। ਕਿੰਨੀ ਐਕਟਿੰਗ ਸਭ ਤੋਂ ਵਧੀਆ ਲੱਗੀ? ਸਭ ਜੀ ਵਧੀਆ। ਕਿੱਦਾਂ ਦੀ ਲੱਗੀ ਫਿਲਮ? ਵਧੀਆ ਸੀ ਜੀ। ਕਿੰਨੀ ਐਕਟਿੰਗ ਸਭ ਤੋਂ ਵਧੀਆ ਲੱਗੀ? ਗਿੱਪੀ ਗਰੇਵਾਲ। ਕਿੱਦਾਂ ਦੀ ਲੱਗੀ? ਬਹੁਤ ਘੈਂਟ ਜਮਾ ਜੀ। ਕਿੱਦਾਂ ਦੀ ਲੱਗੀ? ਬਹੁਤ ਵਧੀਆ। ਕਿੱਦਾਂ ਦੀ ਲੱਗੀ? ਵਧੀਆ। ਕਿੱਦਾਂ ਦੀ ਲੱਗੀ ਫਿਲਮ? ਬਹੁਤ ਵਧੀਆ ਲੱਗੀ ਫਿਲਮ, ਬਹੁਤ ਫਨ ਕੀਤਾ ਜੀ। ਮੈਂ ਕਹਿੰਦਾ ਜਿਹੜਾ ਵੀ ਬੰਦਾ ਇਹ ਫਿਲਮ ਦੇਖੂਗਾ ਉਹਦਾ 2% 2 ਗ੍ਰਾਮ ਤੱਕ ਖੂਨ ਵਧੂਗਾ ਹੀ ਵਧੂਗਾ ਜੀ। ਕਿਹਦੀ ਐਕਟਿੰਗ ਸਭ ਤੋਂ ਵਧੀਆ ਲੱਗੀ? ਗਿੱਪੀ ਗਰੇਵਾਲ ਦੀ ਐਕਟਿੰਗ ਸਭ ਤੋਂ ਵਧੀਆ ਸੀ, ਬਾਕੀ ਵਿਨੋ ਢਿੱਲੋਂ ਜੀ ਬਹੁਤ ਹਾਸੇ ਲਵਾਉਂਦੇ ਜੀ, ਉਹ ਸਿਰਫ ਫਿਲਮ ਦੀ। ਪਾਰਟ 1 ਜ਼ਿਆਦਾ ਵਧੀਆ ਲੱਗਿਆ ਕਿ 2 ਜ਼ਿਆਦਾ ਵਧੀਆ ਲੱਗਿਆ? ਪਾਰਟ 2 ਜ਼ਿਆਦਾ ਵਧੀਆ ਲੱਗਿਆ, ਬਹੁਤ ਫਨੀ ਸੀਗਾ ਜੀ ਪਾਰਟ 2, ਉਹ 'ਚ ਮਤਲਬ ਕਿ ਅਸਲੀ ਸਾਹਮਣੇ ਆਉਂਦੀ ਸਾਰਿਆਂ ਦੀ, ਤਾਂ ਬਹੁਤ ਹਾਸੇ ਲੱਗਦੇ ਆ ਜੀ। 5 ਸਟਾਰ ਤੋਂ ਕਿੰਨੇ ਸਟਾਰ ਦੇਣਾ ਚਾਹੁੰਦੇ? ਮੈਂ 5 ਸਟਾਰ ਹੀ ਦੇਣਾ ਚਾਹੁੰਦਾ ਜੀ। ਅੰਕਲ ਜੀ ਤੁਹਾਨੂੰ ਕਿੱਦਾਂ ਦੀ ਲੱਗੀ ਫਿਲਮ? ਜੀ ਬਹੁਤ ਵਧੀਆ ਸੀ। ਕਿੰਨੀ ਐਕਟਿੰਗ ਸਭ ਤੋਂ ਵਧੀਆ ਲੱਗੀ? ਸਾਰੀ ਟੀਮ ਦਾ ਵਧੀਆ ਵਰਕ ਸੀਗਾ, ਪੂਰੀ ਟੀਮ ਦਾ, ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਜੀ, ਸਾਰਿਆਂ ਦਾ ਬਹੁਤ ਵਧੀਆ ਸੀਗਾ। ਆਲਓਵਰ ਸਾਰੀ ਫਿਲਮ ਵਧੀਆ ਸੀ, ਪੂਰਾ ਦੇਖ ਕੇ ਪੂਰਾ ਇੰਜੋਏ, ਫੈਮਿਲੀ ਫਿਲਮ ਹੈ, ਬਹੁਤ ਵਧੀਆ ਇੰਜੋਏ ਕੀਤਾ ਜੀ। ਥੈਂਕ ਯੂ। ਅੰਕਲ ਜੀ ਕਿੱਦਾਂ ਦੀ ਲੱਗੀ ਫਿਲਮ? ਬਹੁਤ ਵਧੀਆ ਸੀ। ਇਹਦੀ ਐਕਟਿੰਗ ਸਭ ਤੋਂ ਵਧੀਆ ਲੱਗੀ? ਬਹੁਤ ਖੁਸ਼ ਸੀ, ਵਧੀਆ ਜੀ। ਪਾਰਟ 1 ਜ਼ਿਆਦਾ ਵਧੀਆ ਲੱਗਿਆ ਕਿ 2 ਜ਼ਿਆਦਾ ਵਧੀਆ ਲੱਗਿਆ? ਹਾਂਜੀ, ਪਾਰਟ 1 ਜ਼ਿਆਦਾ ਵਧੀਆ ਲੱਗਿਆ ਕਿ 2 ਜ਼ਿਆਦਾ ਵਧੀਆ? ਪਾਰਟ 2 ਵਧੀਆ ਲੱਗਿਆ ਜੀ। ਕਿੱਦਾਂ ਦੀ ਲੱਗੀ ਫਿਲਮ? ਬੜੀ ਘੈਂਟ ਸੀ ਜੀ, ਬਹੁਤ ਵਧੀਆ ਸੀ। ਇਹਦੀ ਐਕਟਿੰਗ ਸਭ ਤੋਂ ਵਧੀਆ ਲੱਗੀ? ਬਿਨਾਂ ਢਿੱਲੋਂ ਘੈਂਟ ਜੀ। ਪਾਰਟ 1 ਜ਼ਿਆਦਾ ਵਧੀਆ ਲੱਗਿਆ ਕਿ 2 ਜ਼ਿਆਦਾ ਵਧੀਆ? 2 ਜ਼ਿਆਦਾ ਘੈਂਟ ਦਾ, ਦੋਨੋਂ ਹੀ ਵਧੀਆ। 5 ਸਟਾਰਸ ਲੈ ਲਓ ਭਾਵੇਂ। ਕਿੱਦਾਂ ਦੀ ਲੱਗੀ ਫਿਲਮ? ਬਹੁਤ ਵਧੀਆ ਲੱਗੀ ਜੀ। ਕਿੰਨੀ ਐਕਟਿੰਗ ਸਭ ਤੋਂ ਵਧੀਆ ਲੱਗੀ? ਉਹ ਜਿਹੜਾ ਹੈ ਨਹੀਂ, ਕਰਮਜੀਤ ਹੈ ਨਾ। ਪਾਰਟ 1 ਜ਼ਿਆਦਾ ਵਧੀਆ ਲੱਗੀ ਕਿ 2 ਜ਼ਿਆਦਾ ਵਧੀਆ? ਪਾਰਟ 2 ਜ਼ਿਆਦਾ ਵਧੀਆ ਸੀ। 5 ਸਟਾਰਸ ਤੋਂ ਕਿੰਨੇ ਸਟਾਰਸ ਦੇਣਾ ਚਾਹੁੰਦੇ? 10/10। ਕਿੱਦਾਂ ਦੀ ਲੱਗੀ ਫਿਲਮ? ਵਧੀਆ ਸੀ, ਬਹੁਤ ਵਧੀਆ, ਬਹੁਤ ਵਧੀਆ। ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਕੰਮ ਕਰਿਆ ਗਿੱਪੀ ਭਾਅ ਜੀ ਅਤੇ ਬਾਕੀ ਸਾਰੀ ਟੀਮ ਦਾ, ਬਹੁਤ ਵਧੀਆ। ਪਾਰਟ 1 ਜ਼ਿਆਦਾ ਵਧੀਆ ਲੱਗਿਆ ਕਿ 2 ਵਧੀਆ? ਵੈਸੇ ਤਾਂ ਦੋਨੇ ਵਧੀਆ, 2 ਜ਼ਿਆਦਾ ਬੈਸਟ ਹੈ। ਸਿਰਾਈ। ਕਿੱਦਾਂ ਦੀ, ਕਿਹਦੀ ਐਕਟਿੰਗ ਸਭ ਤੋਂ ਵਧੀਆ ਲੱਗੀ? ਗਿੱਪੀ ਗਰੇਵਾਲ। ਤੁਹਾਨੂੰ ਕਿੱਦਾਂ ਦੀ ਲੱਗੀ? ਬਹੁਤ ਘੈਂਟ ਮੂਵੀ ਹੈ। ਮੈਮ ਕਿੱਦਾਂ ਦੀ ਲੱਗੀ? ਬਹੁਤ ਵਧੀਆ। ਕਿਹਦੀ ਐਕਟਿੰਗ ਸਭ ਤੋਂ ਵਧੀਆ ਲੱਗੀ? ਸਭ ਦੀ ਵਧੀਆ ਸੀ। ਗੁੱਡ, ਬਹੁਤ ਅੱਛੀ ਸੀ। ਕਿਹਦੀ ਐਕਟਿੰਗ ਸਭ ਤੋਂ ਵਧੀਆ? ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਸੀ ਬੇਟਾ। ਪਾਰਟ 1 ਜ਼ਿਆਦਾ ਵਧੀਆ ਲੱਗਿਆ ਕਿ ਨਹੀਂ? ਪਾਰਟ 2 ਅੱਛਾ ਲੱਗਿਆ ਬੇਟਾ। 5 ਸਟਾਰਸ ਤੋਂ ਕਿੰਨੇ ਸਟਾਰਸ? ਪੂਰੇ 5 ਸਟਾਰ ਬੇਟਾ। ਓਕੇ ਬੇਟਾ, ਥੈਂਕ ਯੂ। ਕਿੱਦਾਂ ਦੀ ਲੱਗੀ? ਬਹੁਤ ਵਧੀਆ ਲੱਗੀ ਜੀ ਮੂਵੀ, ਫੁੱਲ ਕਾਮੇਡੀ ਹੈ, ਅਸੀਂ ਫੁੱਲ ਇੰਜੋਏ ਕੀਤਾ। ਥੈਂਕ ਯੂ। ਦੋਨੋਂ ਸੇਮ ਹੀ, ਦੋਨੋਂ ਇਹ ਵੀ ਅੱਛੀ ਹੈ, ਉਸ ਤੋਂ ਜਿੰਨਾ ਇੰਜੋਏ ਉਹਦਾ ਕੀਤਾ ਸੀਗਾ ਉਸ ਤੋਂ ਬੈਟਰ ਹੀ ਹੈ। 5 ਸਟਾਰ 5 ਸਟਾਰ
5 ਪਲੱਸ ਕਿਦਾਂ ਦੀ ਲੱਗੀ ਫਿਲਮ ਬਹੁਤ ਵਧੀਆ ਸਭ ਤੋਂ ਵਧੀਆ ਜੀਤ ਗਰੇਵਾਲ ਦੇ ਮਿਸਟਰ ਭੱਲਾ ਜੀ ਕਿਦਾਂ ਦੀ ਲੱਗੀ ਕਿਦਾਂ ਦੀ ਬਹੁਤ ਵਧੀਆ ਜੀ ਕਿਦਾਂ ਦੀ ਲੱਗੀ ਫਿਲਮ ਨਾਈਸ ਕਨਸੈਪਟ ਬਹੁਤ ਸੋਹਣੀ ਮੂਵੀ ਹੈ ਜਿੱਪੀ ਦਾ ਬਹੁਤ ਸੋਹਣਾ ਕੰਮ ਹੈ ਜਿੰਨੇ ਵੀ ਸਟਾਰ ਕਾਸਟ ਹੈ ਉਹਦਾ ਬਹੁਤ ਸੋਹਣਾ ਕੰਮ ਹੈ ਐਪਰੀਸ਼ੀਏਟਡ ਮੂਵੀ ਹੈ ਬਹੁਤ ਟਾਈਮ ਤੋਂ ਬਾਅਦ ਆਈ ਇਹੋ ਜਿਹੀ ਮੂਵੀ ਜਿਹਦੇ ਵਿੱਚ ਫਨ ਹੈ ਇੰਜੋਇਮੈਂਟ ਹੈ ਫੈਮਿਲੀ ਮੂਵੀ ਹੈ ਇਟਸ ਅ ਗੁੱਡ ਮੂਵੀ